ਸਟੇਟਮੈਂਟ ਤੁਸੀਂ ਪੜ੍ਹੋ ਕੀ ਕਹਿੰਦੇ ਹੈ। ਇਹ ਨਹੀਂ ਕਿਹਾ, ਯੂਨੀਅਨ ਮਿਨਿਸਟਰ ਨੂੰ ਤਾਂ ਕਹਿਤਾ ਹੈਬਿਚੁਅਲ ਲਾਇਰ, ਮੈਂ ਕਹਿ ਸਕਦਾ ਸੀ ਐੱਮ ਸਾਹਿਬ ਹੁਣ ਹੈਬਿਚੁਅਲ ਅਫੈਂਡਰ ਵੀ ਬਣ ਗਏ ਆ। ਪਹਿਲਾਂ ਗੁਟਕਾ ਸਾਹਿਬ ਦੀ ਸਹੁੰ ਖਾ ਕੇ ਮੁੱਕਰੇ, ਸ਼੍ਰੀ ਦਮਦਮਾ ਸਾਹਿਬ ਦੇ ਵੱਲ ਮੂੰਹ ਕਰਕੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਸਹੁੰ ਖਾ ਕੇ ਮੁੱਕਰੇ। ਅੱਜ ਸਟੇਟਮੈਂਟ ਵੀ ਸਪਸ਼ਟ ਹੋ ਰਹੀ ਹੈ, ਪ੍ਰੈਸ ਦਾ ਜਿਹੜਾ ਉਹਨਾਂ ਦਾ ਬੰਦਾ ਲਿਖ ਰਿਹਾ ਕਿ ਡੀ ਸੀ ਨੂੰ ਕਹਿਤਾ, ਅਤੇ ਡੀ ਸੀ ਦੀ ਕੀ ਮਜਾਲ ਹੈ? ਜੇ ਡੀ ਸੀ ਨੂੰ ਕਹਿਤਾ ਸੀ ਫਿਰ ਸਸਪੈਂਡ ਕਰ ਦਿਓ ਡੀ ਸੀ, ਜੇ ਤੁਹਾਡੇ ਆਖੇ ਨਹੀਂ ਲੱਗਦਾ। ਵੈਸੇ ਤਾਂ ਇਹ ਗੱਲ ਬੜੀ ਆਮ ਚਰਚਾ 'ਚ ਹੈ, ਕਾਂਗਰਸੀ ਆਪ ਕਹਿੰਦੇ ਹੈ ਕਿ ਸਾਡੀ ਤਾਂ ਸੁਣੀ ਨਹੀਂ ਜਾਂਦੀ, ਅਫਸਰਾਂ ਦੀ ਸੁਣੀ ਜਾਂਦੀ ਹੈ। ਮਗਰ ਇੱਕ ਤਰੀਕੇ ਨਾਲ ਲੋਕਾਂ ਦਾ ਮੂਰਖ ਬਣਾਉਣ ਵਾਸਤੇ ਕਿ ਸਰਕਾਰ ਦੇ ਹੁਕਮ ਹੋਵੇ, ਮੁੱਖ ਮੰਤਰੀ ਦਾ ਹੁਕਮ ਹੋਵੇ, ਅਤੇ ਕਿਸੇ ਅਫਸਰ 'ਚ ਇੰਨੀ ਜ਼ਰੂਰਤ ਹੈ ਕਿ ਉਹ ਪੈਸੇ ਜਾਰੀ ਨਹੀਂ ਹੋਣਗੇ, ਔਰ ਇੱਕ ਮਜ਼ਾਕ ਬਣ ਗਿਆ। ਤੁਸੀਂ ਕਦੇ ਵੀ ਖਜ਼ਾਨਾ ਮੰਤਰੀ ਨੂੰ ਸਵਾਲ ਕਰ ਦਿਓ ਨਾ, ਕਹੂਗਾ ਜੀ ਮੈਂ ਜਾਰੀ ਕਰਤੇ। ਜਾਰੀ ਕੀ ਕਹਿਤਾ ਕਿ ਚਿੱਠੀ ਦੇ ਦਿੱਤੀ ਹੈ ਕਿ ਪੈਸੇ ਦੇ ਦਿਓ, ਖਜ਼ਾਨੇ 'ਚ ਪੈਸੇ ਤਾਂ ਭੇਜੇ ਨਹੀਂ, ਡੀ ਸੀ ਨੇ ਕਿਹੜਾ ਆਪਦੀ ਜੇਬ 'ਚੋਂ ਦੇ ਦੇਣੀ ਸੀ? ਔਰ ਅੱਜ ਜਦੋਂ ਕਿਉਂਕਿ ਇਹ ਰੌਲਾ ਪਿਆ, ਨਹੀਂ ਤਾਂ ਸਰਕਾਰ ਤਾਂ ਸਟੇਟ ਸ਼ੇਅਰ ਜੀ ਐੱਸ ਟੀ ਦਾ ਦੱਬਣਾ ਚਾਹੁੰਦੀ ਸੀ, ਸੈਂਟਰਲ ਗਵਰਨਮੈਂਟ ਨੇ ਆਪਦਾ ਰਿਫੰਡ ਕੀਤਾ ਗੁਰੂ ਘਰਾਂ ਨਾਲ। ਮੇਰਾ ਕਹਿਣ ਦਾ ਭਾਵ ਹੈ ਕਿ ਪਹਿਲਾਂ ਸਹੁੰ ਖਾਣੀ ਅਤੇ ਹੁਣ ਗੁਰੂ ਘਰਾਂ ਦੇ ਮਸਲੇ 'ਚ ਵੀ ਘਟੀਆ ਰਾਜਨੀਤੀ ਜੋ ਕਾਂਗਰਸ ਵੱਲੋਂ ਕੀਤੀ ਜਾ ਰਹੀ ਹੈ। ਅੱਜ ਜਦ ਇਹ ਸਾਰਾ ਰੌਲਾ ਜਗ ਜਾਹਰ ਹੋਇਆ, ਜਦੋਂ ਇਹ ਗੱਲ ਲੌਂਗੋਵਾਲ ਸਾਹਿਬ ਵੱਲੋਂ, ਕਿਉਂਕਿ ਸੈਂਟਰ ਦੇ ਵੀ ਭੈਣ ਜੀ ਵਜ਼ੀਰ ਨੇ, ਉਹਨਾਂ ਨੇ ਉਠਾਈ ਕਿ ਜੇ ਸੈਂਟਰਲ ਸ਼ੇਅਰ ਮਿਲ ਗਿਆ ਐੱਸ ਜੀ ਪੀ ਸੀ ਨੂੰ ਅਤੇ ਸਟੇਟ ਸ਼ੇਅਰ ਵੀ ਦਿੱਤਾ ਜਾਵੇ, ਇਸ ਰੌਲੇ ਤੋਂ ਬਾਅਦ ਅੱਜ ਡੀ ਸੀ ਸਾਹਿਬ ਦਾ ਜਾਂ ਉਹਨਾਂ ਨੂੰ ਵਾਰ ਵਾਰ ਅਪਰੋਚ ਕੀਤੇ ਸੀ ਜਿਹੜੇ ਕਹਿ ਦਿੰਦੇ ਸੀ ਸਾਡੇ ਕੋਲ ਤਾਂ ਪੈਸੇ ਹੀ ਨਹੀਂ, ਅੱਜ ਕਿੱਥੇ ਜਾ ਕੇ ਉਹਨਾਂ ਦੇ ਮਾੜਾ ਜਿਹਾ ਅਸਰ ਹੋਇਆ, ਕਹਿੰਦੇ ਜਿਵੇਂ ਪੈਸੇ ਪਹੁੰਚਦੇ ਅਸੀਂ ਪੈਸੇ ਦੇ ਦਿਆਂਗੇ। ਮਗਰ ਮੇਰਾ ਮੁੱਖ ਗੱਲ ਉਹੀ ਆ ਗਈ ਕਿ ਚੀਫ ਮਿਨਿਸਟਰ ਸਾਹਿਬ, ਹੈਬਿਚੁਅਲ ਅਫੈਂਡਰ ਅਤੇ ਹੈਬਿਚੁਅਲ ਲਾਇਰ ਦਾ ਜਿਹੜਾ ਕੰਮ ਤੁਸੀਂ ਕਰ ਰਹੇ ਹੋ ਉਹ ਕੋਈ ਬਹੁਤ ਵਧੀਆ ਗੱਲ ਨਹੀਂ, ਕਿ ਤੁਸੀਂ ਕੋਈ ਮੁੱਦਾ ਛੱਡ ਹੀ ਨਹੀਂ ਰਹੇ। ਜਿਵੇਂ ਘਰ ਘਰ ਨੌਕਰੀ ਮਿਲ ਗਈ ਆ, ਕੋਈ ਬੱਚਾ ਤਾਂ ਰਹਿ ਨਹੀਂ ਗਿਆ। ਆ ETT ਟੀਚਰਾਂ ਨੂੰ ਵਿਚਾਰਿਆਂ ਨੂੰ ਆ ਜਿਸ ਤਰੀਕੇ ਨਾਲ ਕੁੱਟ ਪੈ ਰਹੀ ਹੈ, ਰੋਜ਼ ਹੀ ਕੁੱਟ ਪੈਂਦੀ ਹੈ, ਔਰ ਇਹਨਾਂ ਦਾ ਗੁਨਾਹ ਕੀ ਹੈ? ਇਹਨਾਂ ਦਾ ਗੁਨਾਹ ਇਕੱਲਾ ਇੰਨਾ ਹੀ ਹੈ ਕਿ ਇਹਨਾਂ ਨੇ ਸਰਕਾਰ ਨੂੰ ਆਪਣਾ ਵਾਅਦਾ ਯਾਦ ਕਰਾਇਆ। ਸਰਕਾਰ ਇਹਨਾਂ ਕੋਲ ਗਈ ਸੀ, ਕਿਸਾਨਾਂ ਨੂੰ ਖੁਦਕੁਸ਼ੀ ਰੁਕ ਨਹੀਂ ਰਹੀ, ਰੋਜ਼ ਖਬਰ ਲੱਗ ਰਹੀ ਹੈ, ਡਰੱਗ ਦੇ ਕੇਸ ਰੋਜ਼ ਰਿਪੋਰਟ ਹੋ ਰਹੇ ਆ, ਹਰ ਕੰਮ 'ਚ ਹੀ ਇੱਕ ਹੈਬਿਚੁਅਲ ਅਫੈਂਡਰ ਦੀ ਤਰ੍ਹਾਂ ਹਰ ਕੰਮ 'ਤੇ ਝੂਠ ਬੋਲ ਕੇ ਇਹ ਸਰਕਾਰ ਆਪਣੀ ਚਲਾਉਣਾ ਚਾਹ ਰਹੀ ਹੈ, ਜਿਹਦੇ ਬਾਰੇ ਮੈਨੂੰ ਬੜਾ ਇਸ ਗੱਲ ਦਾ ਸਾਨੂੰ ਦੁੱਖ ਹੈ। ਔਰ ਅੱਜ ਵੀ ਮੈਂ ਤੁਹਾਨੂੰ ਫੇਰ ਕਹਿਣ ਵਾਸਤੇ ਆਇਆ, ਔਰ ਚੀਫ ਮਿਨਿਸਟਰ ਸਾਹਿਬ ਨੂੰ ਭਾਵੇਂ ਉਹ ਅੱਜ ਦੇ ਪ੍ਰੈਸ ਬਿਆਨ 'ਚ ਇਸ ਗੱਲ ਨੂੰ ਉਹ ਕਬੂਲ ਕਰ ਗਏ ਹੈ ਕਿ ਮੈਂ ਡੀ ਸੀ ਨੂੰ ਕਹਿਤਾ, ਮਗਰ ਮੈਂ ਅੱਜ ਵੀ ਉਹਨਾਂ ਨੂੰ ਇਹ ਗੱਲ ਕਹਿੰਦਾ ਕਿ ਚਲੋ ਤੁਸੀਂ ਡੀ ਸੀ ਨੂੰ ਕਹਿਤਾ ਨਹੀਂ ਕਹਿਤਾ, ਤੁਸੀਂ ਪੈਸੇ ਦੇ ਦਿਓ ਜੀ, ਜਿਹੜੇ ਹਿੱਸਾ ਬਣਦਾ ਭਾਵੇਂ ਉਹ ਦੁਰਗਿਆਨਾ ਮੰਦਿਰ ਦਾ ਬਣਦਾ ਹੈ, ਦਰਬਾਰ ਸਾਹਿਬ ਦਾ ਬਣਦਾ, ਇੰਨੀ ਬੱਲੇ ਬੱਲੇ ਤੁਸੀਂ ਵਿਧਾਨ ਸਭਾ 'ਚ ਕਰਾਈ ਸੀ ਆ, ਵਾਲਮੀਕ ਜੀ ਦੀ ਮੰਦਿਰ ਦਾ ਬਣਦਾ, ਦੇ ਦਿਓ, ਐਡਾ ਡਰਾਮਾ ਕਰਨ ਦੀ ਕੀ ਲੋੜ ਹੈ? ਅੱਜ ਵੀ ਜੋ ਮੈਂ ਵੇਖ ਰਿਹਾ ਸੀ ਐੱਮ ਸਾਹਿਬ ਦੇ ਇੱਕ ਬਿਆਨ ਹੈ, ਕਹਿੰਦੇ ਜੀ ਅਸੀਂ ਪ੍ਰੈਜੈਂਟ ਰਿਫੰਡ ਦੇਵਾਂਗੇ, ਇਕੱਲਾ ਅਨਾਊਂਸਮੈਂਟ ਤੋਂ ਹੋਈ ਹੈ, ਰੈਟਰੋਸਪੈਕਟ ਤੋਂ ਗੱਲ ਹੈ ਕਿ ਅਸੀਂ 1/8/2017 ਤੋਂ ਦੇਵਾਂਗੇ, ਮਗਰ ਬਿਆਨ ਦੇਣ ਤੋਂ ਬਾਅਦ ਵੀ ਮੈਂ ਤੁਹਾਨੂੰ ਅਸਲੀ ਸਥਿਤੀ ਦੱਸਦਾ ਕਿ ਉਹ ਸਿਰਫ ਆਹ ਪਿਛਲੇ ਸਾਲ ਦੀ ਗੱਲ ਕਰ ਰਹੇ, 18-19 ਦੀ, 17-18 ਦੀ ਗੱਲ ਹੀ ਨਹੀਂ ਕਰ ਰਹੇ। ਹਾਲਾਤ ਬਣੇ ਪਏ ਆ ਪੰਜਾਬ ਦੀ ਸਰਕਾਰ ਦੇ, ਕੈਬਨਿਟ ਫੈਸਲੇ ਹੁੰਦੇ ਆ, ਕੈਬਨਿਟ ਹੋਈ ਜਾ ਕੇ ਡੇਰਾ ਬਾਬਾ ਨਾਨਕ ਸਾਹਿਬ, ਸੁਲਤਾਨਪੁਰ ਲੋਧੀ, ਇਹ ਕੀ ਸਿੰਬਲਿਜ਼ਮ ਦਾ ਫਾਇਦਾ ਕੀ ਰਹਿ ਗਿਆ ਜੇ ਉੱਥੇ ਕਰਨਾ ਕੁਛ ਨਹੀਂ? ਔਰ ਹਰ ਕੈਬਨਿਟ ਫੈਸਲਾ ਤੁਸੀਂ ਕੱਢ ਕੇ ਵੇਖ ਲਓ, ਜਿੰਨੀਆਂ ਕੈਬਨਿਟ ਮੀਟਿੰਗਸ ਹੋਈਆਂ ਨੇ, 161 ਕਹਿੰਦੇ ਵਾਅਦੇ ਕੀਤੇ ਸੀ, 140 ਪੂਰੇ ਕਰਤੇ, 20 ਅਖਬਾਰ 'ਚ ਹੈ, ਉਹ 'ਚ ਲਿਖਤਾ ਅੰਗਰੇਜ਼ੀ ਅਖਬਾਰ 'ਚ ਲਿਖਤਾ ਕਿ 50,000 ਕਰੋੜ ਇਨਵੈਸਟਮੈਂਟ ਆ ਗਈ ਹੈ, ਪੰਜਾਬੀ 'ਚ ਲਿਖਤਾ ਕਿ ਆ ਜਾਣੀ ਹੈ, ਮਤਲਬ ਉਹ ਪੰਜਾਬੀ ਅਤੇ ਅੰਗਰੇਜ਼ੀ 'ਚ ਵੀ ਫਰਕ ਵੇਖਣ ਨੂੰ ਮਿਲਿਆ, ਇਸ ਤਰੀਕੇ ਦਾ ਝੂਠ ਬੋਲਿਆ ਜਾ ਰਿਹਾ। ਸੋ ਇਹ ਜੀ ਸਰਕਾਰ ਕੋਲੋਂ ਮੇਰੀ ਤਾਂ ਇਹੀ ਬੇਨਤੀ ਹੈ ਕਿ ਟੈਕਸੇਸ਼ਨ ਇਹਨਾਂ ਨੇ ਵਧਾਏ ਆ, ਹਰ ਜਗ੍ਹਾ ਇਹਨਾਂ ਨੇ ਲੋਕਾਂ 'ਤੇ ਬੋਝ ਪਾਇਆ, ਬਿਜਲੀ ਦੇ ਦਰਾਂ ਤੋਂ ਲੈ ਕੇ ਆ, ਰੋਜ਼ ਤੁਹਾਡੇ ਕੋਲ ਰਿਪੋਰਟਿੰਗ ਹੋ ਰਹੀ ਹੈ ਕਿ ਕਿੰਨੇ ਕੈਟਲ ਦੇ ਇੰਸੀਡੈਂਟਸ ਨਾਲ ਕਿਸੇ ਨਾ ਕਿਸੇ ਦੀ ਡੈਥ ਹੋ ਜਾ ਰਹੀ ਹੈ, ਦੋ ਦੋ ਜੀ ਇੱਕ ਪਰਿਵਾਰ ਦੇ ਚਲੇ ਗਏ ਆ ਮਾਨਸੇ 'ਚ,
और तुसी हैरान होंगे कि पैसा कितना इकट्ठा कर लिया, लगभग 100 करोड़ रुपया काउसेस ते इकट्ठा कर लिया। कितने जा रहा है पैसा? डीजल पेट्रोल आज सब तो महंगा, मगर जिथे लोड है उथे जा नहीं रहा। एडवाइजर लाने पैसे है मगर नौकरी देने पैसे नहीं। रीएम्पलॉयमेंट सरकार ने वायदा किया घर घर नौकरी का, तो जे अज रीएम्पलॉय कल मैं वो अपना हेल्थ मिनिस्टर साहब का बयान पढ़ रहा कि जी बड़ी खुशी मनाई जा रही है इस गल की कि असी 60 साल तो उम्र 65 साल करती है तो फिर हक कि मरूगा। जिथे पटवारी तुसी रीएम्पलॉय कर रहे हैं तो हक कि मरूगा। ये सारे केसा च एक पासे कहिंदे जी असी 8 लाख नौकरी देती है, पोस्टा खाली ने, पोस्टा भर नहीं रहे, तो दूजे पासे कोई RTI पावे तो जवाब कोई नहीं आ रहा। इस तरीके की है एक तो बाद एक सफेद झूठ जिहड़ा बोला जा रहा है। मैं तो मुख्यमंत्री साहब नूं बेनती करदा कि यह काम बंद करके सच्चाई वल ध्यान दिओ, तो जिहड़ी 100 खाधी है वह 100 की पूर्ति वल ध्यान करो। थोड़ा कोई सवाल है जी? मैं तो यही चीज़ा थोनू स्पष्ट करने वास्ते आया सी, और CM साहब का इस गल का धन्यवाद भी उन्होंने मीडिया का रादर कि जिन्होंने सच में कबूलिया कि असी दिते कुछ नहीं, DC नूं हुक्म किया, यह जे तो 100 हुक्म रोज जारी हो रहे। देखो जी मैं तो हाले पता नहीं, थोनू अमित शाह गल हुई जी थोड़ी नहीं, मैं जे हुई है तो दस दो फिर थोड़ा नाम लैके। ब्रदर जी मैनू तो पता नहीं, जे तुसी थोड़ी अमित शाह जी नाल गल हुई है तो मैनू दस दिओ, मैं सुखबीर जी नूं दस दूंगा भाजी की गल हुई है तो इस तरह की गल चल रही है, मैनू हले पता नहीं जी इस गल। जो तो फैसला हो जाऊगा थानू दस देंगे जी, तसल्ली है कि नहीं। हाँ जी हाँ जी हाँ जी, तो क्या वजह हो सकती है कि इतना कोई बड़ा फंड भी नहीं है कि सरकार दे नहीं सकती? मैंने ना ये बात को क्यों लेके आऊं कि देखो जी, अब फैसले कहाँ होते हैं पंजाब के लोगों के लिए? कैबिनेट में और विधानसभा में। और अगर विधानसभा में भी झूठ बोला जा रहा है, और एक इशू में नहीं, इवन ये CBI के मैटर में भी कैसे झूठ बोला गया, हर चीज में ही झूठ बोल के यू टर्न बना के और फिर दूसरे को कह देना कि ये कोई हैबिचुअल लायर है। मैं नहीं समझता कि CM साहब कोई बात छू, मैंने तो डेट बता दी थी 22 मार्च को आप सब वहां पे हाजिर थे, और ये अमाउंट SGPC का 3,27,00,000 बनता है इसके नेड़े तेड़े। और अभी तक, और 2 साल का अगर मैं आपको क्लियरली बता दूं, 1/8/2017 से लेके 31/7/2018 ये 1,01,68,49,580 बनता था, और 18 का 1/8/18 से लेके 30/6/19 1,58,95,146 बनता था। अब आप मेरे को बता दो, नहीं है बड़ा अमाउंट? और अगर ये अमाउंट आया होता तो मैं क्यों इधर आके ये बात स्पष्ट कर रहा था? मैं तो CM साहब का धन्यवाद करता, मगर उस पे भी झूठ, इस छोटे से अमाउंट पे भी इतनी राजनीति और झूठ बोलना, मैं समझ रहा हूँ कांग्रेस पार्टी की असल पहचान बन गई है, जो गुटका साहब पे जित 100 खा के झूठ बोल सकते हैं, हर बात पे झूठ बोलते हैं, विधानसभा में झूठ और कैबिनेट के फैसले में झूठ। ये तो आप सियाने हो जी, थोड़ी नीयत या नीयत में कमी है या सोच में कमी है, बेईमानी कहीं तो है, नहीं तो ये तो हो नहीं सकता। मुख्यमंत्री ऊपर है कि DC ऊपर है? या DC को कर दे शाम तक सस्पेंड, अगर वो नहीं CM साहब के आ गया तो वो बात फिर सच्ची हो रही है ना जाखड़ साहब की। वो जो एडवाइजर लगाए हैं 6, जो कह रहे थे कि अब जो सुनवाई के लिए ये 6 एडवाइजर लगाए हैं, फिर उनका भी बोझ ही है, ये सब बोझ ही पैड़ा, तो उनको दे सकते हैं 1,00,00,000 रुपया, मगर गुरु घर के जो वैदा हुआ है विधानसभा पे, डिक्लेयर ऑन द फ्लोर ऑफ द हाउस करा, आप उससे भी पीछे भाग गए, और सेंट्रल का एक एक पैसा आ गया जी उसमें, किसी उसमें बिल्कुल डिले नहीं। मैडम हरसिमरत कौर ने जो ट्वीट किया था इसको लेकर
नहीं, हमने तो जी आफ्टर एसजीपीसी कई बारी मिली और जब कुछ नहीं सुनवाई हुई तब उनको, जब बीबा हरसिमरत कौर बादल जी मत्था टेकने गए थे तब वहां पे बोला गया कि जी आपका सेंट्रल गवर्नमेंट का तो आ गया, हमको स्टेट शेयर नहीं मिल रहा, ये बात प्लीज उठाओ। तो उन्होंने एक पॉजिटिव तरीके से ये रिमाइंड कराया सरकार को, और सरकार को एक पॉजिटिव रिमाइंडर अगर आपने नहीं करे उसके ऊपर ऐसी राजनीति खेलनी शुरू कर दी। और अब मान ही रहे अपने प्रेस नोट में, आप प्रेस नोट पढ़ो ना क्या कह रहे हैं, इसमें कह रहे हैं 4 करोड़, द सीएम सेड दैट द स्टेट गवर्नमेंट हैड नॉट ओनली नोटिफाइड 100% जीएसटी रिफंड, मतलब कि नोटिफाइड फॉर पंजाब शेयर इन रिस्पेक्ट ऑफ दरबार साहब, दुर्गियाना मंदिर, राम तीर्थ, बट हैज ऑल्सो एलोकेटेड 4 करोड़ टू अमृतसर डेप्टी कमिश्नर फॉर द सेम इन मे दिस ईयर। सो आपने पहले तो मे में करा है, ना तो पिछले साल का करा ना उसका करा, अलॉट कर दिया तो दिए क्यों नहीं जा रहे जी? देन आर यू गोइंग टू टेक एक्शन अगेंस्ट द डीसी? एंड वी ऑल नो वो डीसी था बेचारा शरीफ बंदा, उन्हें कहड़ा जेब चो देने से या उन्हें रख ले, पैसे ही नहीं पहुंचे। हूँ डीसी नू माड़ा दिखाएंगे मगर कोई ना दे देन, बट ये झूठ बोलने की की लोड़ है। और अगे हाँ जी हाँ जी देखो मैं वही बेनती करा जी कि तुसी हैं, तुसी एज प्रेस आई थिंक वी आर ऑल आंसरेबल टू द पीपल जी, तुसी कोई गल याद कराओ। और जे मैं वो इशू नू जाके विधानसभा चे टेकअप करना तो कि वो मेरी जिम्मेवारी बनती है कि नहीं बनती, जे कोई इशू सरकार दे ध्यान चो परा हो गया उस दे उत्ते इस तरीके की शब्दावली वरतनी, वो भी आई थिंक बीबा हरसिमरत कौर बादल एक लेडी भी ने, एक पंजाब की बेटी भी है और सच भी बोल रही है, और आप दी कल्ली 4 करोड़ का जेड़ा थोड़ी गलती है उसनू कवर अप वास्ते तुसी किसे धी भैन लिए इस तरीके की शब्दावली वरतो, और एक बार ही नहीं बार बार वरतो, मैं और वो भी झूठ बोलो, और थोड़ा प्रेस बयान वो पुष्टि कर रहा कि हाँ पैसे नहीं रिलीज होए, डीसी नू एलोकेट हो गए, इहदा तां ही स्पष्ट यही मतलब है, मगर डीसी नू एलोकेट होए नहीं होए उहदे नाल थोनू की मतलब, थोड़ी जद तक जिवें इंपलॉई है कि नहीं तेरी एलोकेशन होगी उहदी, जद तक सैलरी पहुँच ना जाए उहदे तक उहनू एलोकेशन नाल की लेना देना, जिवें पीएफ है या डीए है वह कहिंदा एलोकेट हो गया मगर मंगण जाओगे तो मिलेगा नहीं। तो जे वह कमी पेशी आ थोनू याद कराता गया उहदे च कहो हाँ साढ़े तो गलती होगी असी दे देंगे, एडा झूठ मारने की लोड़ पै गई। इदा तुसी बहुत वधिया, भी स्मार्टफोन अरगा ही वहदा, स्मार्टफोन दे तां 4 वारी टेबल भी थपथपाए गए, लोगों ने हैलो हैलो भी कर ली, घंटियां भी वज गई, आई इलैक्शन आउंदी आ, आई इलैक्शन उस तो पहला खजाना मंत्री साहब कहिंदे हुण ऐतकी मिल जाणे, हुण आ आई इलैक्शन आई फिर छड़ता चोछा, हुण पता नहीं जिस दिन मिल जाणगे ना मैं लगता उस दिन तो अखंड पाठ करा के फोन दे चंगी तरह धूफता विखा के कि ये बज पवे तो बाद हालात यह जे हो गए है, मतलब तुसी मजाक बन गया जी। आई इलैक्शन पहला असैम्बली वेले अनाउंसमेंट, फिर पार्लीमेंट वेले अनाउंसमेंट, तो हुण बाई इलैक्शन वेले अनाउंसमेंट, 2.5 साल बीत गए है, हैबिचुअल अफेंडर तो हैबिचुअल लायर तुसी किनू कहोगे? नहीं देखो देखो गुरु कृपा करो गल बनाउणी ना बनाउणी है तो लोगों ते फैसला, मगर जिमनी चोन च थोनू भी पता कि साड़ी पूरी इस तैयारी है, इहदे च कोई दोरावा नहीं, मगर सरकार ये फ्री एंड फेयर हो जाए जिमनी चोन तो बहुत वधिया होगा, क्योंकि सरकार ने तो आपका सारा ही तंत्र मंत्र फ्रॉम पुलिस प्रशासन टू BDO प्रशासन टू नरेगा, इन्होंने जो कर सकते लोगों के दबाव बना सकते हर तरीके का दबाव बनाया जाऊगा, मगर मेरा यह मानना कि लोग हुण अके पे है किसी दबाव हेठ दबण वाले नहीं, तो वधिया फैसला श्रोमणी अकाली दल ते BJP दे हक च दे के चारे सीटा बड़े शान नाल असी जिता। अज कल च ही हो जाना जी फैसला, आई थिंक मोरलैस फैसला तो होया ही है जी, अनाउंसमेंट हो जानी, आई वुड करेक्ट माई सेल्फ। हाँ जी हाँ जी,
ਕੁਝ ਬੜਾ ਬਹੁਤ ਹੀ ਸੀਰੀਅਸ ਅਤੇ ਬੜਾ ਚਿੰਤਾ ਦਾ ਮਾਮਲਾ ਜਿਹੜੀ ਕੱਲ੍ਹ ਵਾਲੀ ਜਿਹੜੀ ਘਟਨਾ ਹੋਈ। ਕਦੇ ਅੱਜ ਤੱਕ ਮੈਂ ਕਈ ਜ਼ਿੰਮੇਵਾਰ ਪੁਲਿਸ ਵਾਲਿਆਂ ਨਾਲ ਗੱਲ ਵੀ ਕੀਤੀ, ਕੋਈ ਸਾਡੇ ਮਾਝੇ ਦਾ ਹੀ ਗੱਲ ਹੈ, ਮੈਨੂੰ ਵੀ ਇਸ ਗੱਲ ਦੀ ਬੜੀ ਚਿੰਤਾ ਕਿ ਡਰੋਨ ਰਾਹੀਂ ਜੋ ਲਿਖਿਆ ਗਿਆ, ਔਰ ਮੈਂ ਇਹ ਗੱਲ ਸਪੈਸ਼ਲੀ ਪੁੱਛੀ, ਮੈਂ ਕਿਹਾ ਕਿ ਇਹ ਅਖਬਾਰੀ ਖਬਰ ਹੈ ਕਿ ਇਹ ਫੈਕਟ ਹੈ। ਮੈਨੂੰ ਜੋ ਅਫਸਰ ਨੇ ਪੁਸ਼ਟੀ ਕੀਤੀ ਹੈ, ਕਹਿੰਦਾ ਜੀ ਇਹ ਫੈਕਟ ਹੈ। ਇਹ ਫਸਟ ਟਾਈਮ ਐਵਰ ਹੋਇਆ ਹੈ ਦੈਟ ਕੰਸਾਈਨਮੈਂਟ ਦੀ ਡਿਲੀਵਰੀ ਥਰੂ ਡਰੋਨ ਹੋਈ ਹੈ, ਔਰ ਇਹ ਬੜਾ ਹੀ ਸੀਰੀਅਸ ਚਿੰਤਾ ਦੀ ਗੱਲ ਹੈ ਕਿ ਜੇ ਇਸ ਤਰੀਕੇ ਤੱਕ ਇਸ ਤਰੀਕੇ ਨਾਲ ਘੁਸਪੈਠ ਹੋਣੀ ਹੈ, ਔਰ ਇਸ ਤਰੀਕੇ ਨਾਲ ਪਾਕਿਸਤਾਨ ਨੇ ਪੰਜਾਬ 'ਚ ਅਤੇ ਜੰਮੂ ਕਸ਼ਮੀਰ 'ਚ ਹਾਲਾਤ ਖਰਾਬ ਕਰਨ ਲਈ ਆਪਦਾ ਯੋਗਦਾਨ ਪਾਉਣਾ, ਔਰ ਇਹ ਜਿੰਨੇ ਲਿੰਕਸ ਨੇ ਇਹਦੇ 'ਚ, ਇੱਕ ਨੀਟਾ ਦਾ ਨਾਂ ਆਇਆ ਜਿਹੜਾ ਟੈਰਰਿਸਟ, ਉਹ ਕਿੱਥੇ ਬੈਠਿਆ? ਪਾਕਿਸਤਾਨ ਬੈਠਿਆ, ISI ਦੀ ਸ਼ਰਨ 'ਚ ਬੈਠਿਆ। ਇਹ ਜੇ ਲੋਕਾਂ ਨੂੰ ਵਰਤ ਕੇ ਪੰਜਾਬ ਦਾ ਮਾਹੌਲ ਖਰਾਬ ਕਰਨਾ, ਪੰਜਾਬ ਦੀ ਭਾਈਚਾਰਕ ਸਾਂਝ ਨੂੰ ਖਰਾਬ ਕਰਨਾ, ਇਹ ਬਹੁਤ ਹੀ ਸੀਰੀਅਸ ਔਰ ਬੜਾ ਡੇਂਜਰਸ ਟ੍ਰੈਂਡ ਹੈ, ਜਿਹਦੇ ਵਾਸਤੇ ਆਪਾਂ ਨੂੰ ਬਹੁਤ ਚੁਕੰਨੇ ਰਹਿਣਾ ਪੈਣਾ। ਔਰ ਮੈਂ ਸਮਝਦਾ NIA ਨੂੰ, ਜੇ ਪੰਜਾਬ ਪੁਲਿਸ ਨੇ ਦਿੱਤੀ ਇਨਵੈਸਟੀਗੇਸ਼ਨ, ਬਿਕੋਜ਼ ਦੇ ਆਰ ਆਲਸੋ ਵਰਿਡ, ਔਰ ਪੰਜਾਬ ਪੁਲਿਸ ਨੂੰ ਇਸ ਗੱਲ ਦਾ ਬੜਾ ਚਿੰਤਾ ਕਿ ਇਹ ਕੀ ਹੋ ਰਿਹਾ। ਸੋ ਇਹ ਹਾਲਾਤ ਓਬਵੀਅਸਲੀ ਇਹ ਨੋਰਮਲ ਹਾਲਾਤ ਨਹੀਂ ਹੈ, ਕਿਉਂਕਿ ਇਹ ਚੀਜ਼ਾਂ ਚਾਹੇ ਉਹ ਬੰਬ ਫਟੇ ਆ, ਚਾਹੇ ਉਹ ਅਟੈਕ ਕੁਛ ਸਮਾਂ ਪਹਿਲਾਂ ਹੋਇਆ ਸੀ, ਜਾਂ ਇਹ ਰਿਕਵਰੀ ਹੈ, ਤੁਸੀਂ ਉਹਦੇ 'ਚ ਉਹ ਵੈਪਨਸ ਦੀ ਫੋਟੋ ਵੇਖੋ, ਟੈਰਰਿਜ਼ਮ ਵੇਲੇ ਦੀ ਜਿਹੜੇ AK-47 ਸੀ ਉਹਨਾਂ ਦੇ ਹਾਲਾਤ ਵੇਖ ਲਓ, ਅਤੇ ਇਹਦਾ ਜਮ੍ਹਾਂ ਨਵੇਂ ਐਂ ਜਿਵੇਂ ਫਰੈਸ਼ ਕੰਸਾਈਨਮੈਂਟ ਲੱਗ ਰਹੀ, ਔਰ ਕੀ ਕੁਛ ਨਹੀਂ ਹੈ, ਸੈਟੇਲਾਈਟ ਫੋਨ ਤੱਕ ਉੱਥੇ ਦਿੱਤਾ ਗਿਆ। ਇਟਸ ਅ ਵੈਰੀ ਡੇਂਜਰਸ ਸਾਈਨ। ਦੇਖੋ ਸਰ, ਮੈਂ ਕੱਲ੍ਹ ਵੀ ਬਿਆਨ ਦਿੱਤਾ ਸੀ ਜੀ, ਸਰਕਾਰ ਨੇ ਕੁਛ ਨਹੀਂ ਕਰਨਾ, ਸਰਕਾਰ ਨੇ ਇਹ ਆਈਵਾਸ਼ ਹੈ ਇਨਕੁਆਇਰੀਆਂ, ਇਹ ਪਹਿਲੀ ਇੰਸੀਡੈਂਟ ਨਹੀਂ, ਅੱਜ ਪਹਿਲਾਂ ਲੁਧਿਆਣੇ 'ਚ ਹੋਇਆ, ਫਿਰ ਇਹ ਤਰਨ ਤਾਰਨ 'ਚ ਵੀ ਇੱਕ ਇੰਸੀਡੈਂਟ ਹੋਇਆ, ਅੰਮ੍ਰਿਤਸਰ 'ਚ ਉਹ ਜੌੜੇ ਫਾਟਕ ਦਾ ਦੁਸਹਿਰੇ ਵੇਲੇ ਦਾ ਇੰਸੀਡੈਂਟ ਹੋਇਆ, ਇਹ ਬਟਾਲੇ ਦਾ ਹੋ ਗਿਆ, ਕੁੱਲ ਤੁਸੀਂ ਲੈ ਕੇ ਚੱਲੋ ਤਾਂ 10-12 ਇੰਸੀਡੈਂਟ ਹੋ ਗਏ ਆ, ਅਤੇ 100-150 ਤੋਂ ਵੱਧ ਮੌਤਾਂ ਹੋ ਗਈਆਂ। ਹੁਣ ਹਿਊਮਨ ਲਾਈਫ ਦੀ ਇੱਥੇ ਕੋਈ ਪੰਜਾਬ 'ਚ ਮੁੱਲ ਨਹੀਂ ਰਹਿ ਗਿਆ, ਕਿਉਂਕਿ ਜੇ ਇਸ ਦੇ ਪ੍ਰਤੀ ਸਰਕਾਰ ਸੀਰੀਅਸ ਹੁੰਦੀ, ਇਨਕੁਆਇਰੀਆਂ ਕਰਕੇ ਕੋਈ ਐਕਸ਼ਨ ਲਿਆ ਹੁੰਦਾ। ਅੱਜ 1.5-1.5 ਸਾਲ ਹੋ ਗਿਆ ਲੁਧਿਆਣੇ ਦੇ ਇੰਸੀਡੈਂਟ ਨੂੰ, ਕੋਈ ਐਕਸ਼ਨ ਹੋਇਆ? ਕਿਸੇ ਅਫਸਰ ਨੂੰ ਜ਼ਿੰਮੇਵਾਰ ਠਹਿਰਾਇਆ? ਕਿਸੇ ਅਧਿਕਾਰੀ ਨੂੰ, ਕਿਸੇ ਸਰਕਾਰੀ ਬੰਦੇ ਨੂੰ, ਜਾਂ ਕੋਈ ਪੋਲੀਟੀਕਲ ਲੀਡਰ ਇਨਵੋਲਵਡ ਹੋਇਆ ਉਹਨੂੰ ਜ਼ਿੰਮੇਵਾਰ ਠਹਿਰਾਇਆ? ਇਟ ਇਜ਼ ਅ ਕਵਰ ਅਪ। ਔਰ ਜਿਸ ਦਿਨ ਇਹ ਜੌੜੇ ਫਾਟਕ ਵਾਲਾ ਇੰਸੀਡੈਂਟ ਹੋਇਆ ਸੀ, ਉਸ ਦਿਨ ਵੀ ਕੀ ਹੋਇਆ? ਪਰਮਿਸ਼ਨ ਕਿਹਨੇ ਲਈ ਸੀ? ਹੂ ਵਾਜ਼ ਦਾ ਚੀਫ ਗੈਸਟ? ਕਾਂਗਰਸ ਦਾ ਸੀਨੀਅਰ ਮਿਨਿਸਟਰ, ਉਹਨਾਂ ਦੀ ਵਾਈਫ ਉੱਥੇ ਚੀਫ ਗੈਸਟ ਸਨ, ਸਾਰੇ ਧੱਜੀਆਂ ਉਡਾਤੀਆਂ ਸੀ ਸਾਰੇ ਕਾਨੂੰਨਾਂ ਦੀਆਂ। ਜਿਹੜਾ ਮੇਨ ਪ੍ਰਬੰਧਕ ਸੀ ਉਹ ਰਾਈਟ ਹੈਂਡ ਮੈਨ ਟੂ ਮਿਨਿਸਟਰ ਸੀ ਮਿੱਠੂ ਮਦਾਨ, ਅੱਜ ਤੱਕ ਕੀ ਹੋਇਆ ਉਹਦਾ? ਕਮਿਸ਼ਨਰ ਇਨਕੁਆਇਰੀ ਜਦ ਲੱਗੀ, ਅਸੀਂ ਕਿਹਾ ਕੀ ਕਮਿਸ਼ਨਰ ਆਪਦੇ ਮਿਨਿਸਟਰ ਨੂੰ ਗਿਲਟੀ ਕਰ ਦੂਗਾ? ਉਹੀ ਕੰਮ ADC ਦਾ ਲਾ ਤਾ, ਕੀ ADC DC ਦੀ ਜਾਂ SSP ਦੀ ਗਲਤੀ ਕੱਢ ਦੂਗਾ? ਕਦੇ ਵੀ ਨਹੀਂ। ਸੋ ਦੀਸ ਆਰ ਆਲ ਕਵਰ ਅਪਸ। ਇਹ ਜਾਂ ਤਾਂ ਇੰਡੀਪੈਂਡੈਂਟ ਜੱਜ ਸਾਹਿਬ ਕੋਲੋਂ ਹੋਵੇ ਜਾਂ CBI ਨੂੰ ਦਿਓ, ਨਹੀਂ ਤਾਂ ਕੱਲ੍ਹ ਫਿਰ ਹਾਦਸਾ ਹੋਊਗਾ ਔਰ ਫਿਰ ਕਾਂਗਰਸ ਕਵਰ ਅਪ ਕਰੂਗੀ। ਉੱਥੇ ਜਿਹੜੇ ਸ਼ਿਕਾਇਤ ਕਰਤਾ ਹੈ, ਤੁਸੀਂ ਅਸਲ 'ਚ ਨਾ ਇੱਕ ਗੱਲ ਰਿਲਾਈਜ਼ ਨਹੀਂ ਕਰ ਰਹੇ, ਨਾਲ ਇੱਕ ਸੇਂਟ ਫਰਾਂਸਿਸ ਸਕੂਲ ਹੈ ਬਟਾਲੇ 'ਚ, ਉਹਨਾਂ ਦੇ ਬੱਚਿਆਂ ਦੀ ਛੁੱਟੀ ਘੰਟਾ ਪਹਿਲਾਂ ਨਿਕਲ ਕੇ ਗਏ ਆ, ਜੇ ਉਹ ਕਿੱਥੇ ਲੇਟ ਹੁੰਦਾ ਤਾਂ ਉੱਥੇ ਵੇਖੋ ਕੀ ਦਰਦਨਾਕ ਹਾਦਸਾ ਵਾਪਰ ਜਾਣਾ ਸੀ। ਔਰ ਲੋਕਾਂ ਨੇ ਸ਼ਿਕਾਇਤਾਂ ਦੇ, ਸਕੂਲ ਨੇ ਸ਼ਿਕਾਇਤ ਦਿੱਤੀ ਹੋਈ ਹੈ, ਉਹ ਸ਼ਿਕਾਇਤ ਨੂੰ ਵੀ ਕਵਰ ਅਪ ਕਰਤਾ। ਲੋਕਾਂ ਨੇ ਸ਼ਿਕਾਇਤਾਂ ਦਿੱਤੀਆਂ ਕਿਉਂਕਿ ਉਹ ਕਾਂਗਰਸ ਦੇ ਵੱਲੋਂ ਕਾਊਂਸਲਰ ਲੜੇ ਸੀ, ਉਹ ਜਨਾਬ ਜਿਹੜੇ ਬਟਾਲੇ ਵਾਲੇ। ਮਗਰ ਕੀ ਕਾਊਂਸਲਰ ਕੋਈ ਕਾਂਗਰਸ ਪਾਰਟੀ ਤੋਂ ਲੜਿਆ ਹੋਵੇ ਜਾਂ ਕਿਸੇ ਰੂਲਿੰਗ ਪਾਰਟੀ, ਕੀ ਉਹਦੇ ਕੋਲ ਇਹ ਅਧਿਕਾਰ ਹੈ ਕਿ ਆਪ ਲੋਕਾਂ ਦੀ ਜ਼ਿੰਦਗੀ ਨਾਲ ਖੇਡੂਗਾ? ਜਸਟ ਬਿਕੋਜ਼ ਇੱਥੇ ਲੋਕ ਗਰੀਬ ਇਨਵੋਲਵ ਨੇ ਅਤੇ ਉਹਨਾਂ ਨੂੰ ਇਨਸਾਫ ਨਹੀਂ ਮਿਲੂਗਾ? ਔਰ ਤੁਸੀਂ ਵੇਖੋ ਦੁਸਹਿਰੇ ਦਾ ਸਾਲ ਹੋ ਗਿਆ, ਕਈਆਂ ਨੂੰ ਤਾਂ ਅੱਜ ਤੱਕ ਚੈੱਕ ਨਹੀਂ ਮਿਲੇ ਜਿਹਨਾਂ ਨੂੰ ਕਹੇ ਸੀ ਨੌਕਰੀ ਮਿਲੂਗੀ ਜਾਂ ਕੀ ਕੁਛ ਪੈਨਸ਼ਨ ਦੇ ਲਾਰੇ ਲਾਏ ਸੀ, ਸਾਰੇ ਲਾਰੇ ਦੇ ਰੂਪ 'ਚ ਰਹਿ ਗਏ ਆ। ਹੋਇਆ ਤਾਂ ਕਿਸੇ ਦਾ ਕੁਛ ਨਹੀਂ, ਵਿਧਾਨ ਸਭਾ 'ਚ ਅਨਾਊਂਸਮੈਂਟ ਹੈ। ਔਰ ਜਿਸ ਦਿਨ ਮੈਂ ਵਿਧਾਨ ਸਭਾ 'ਚ ਸਵਾਲ ਕੀਤਾ, ਮੇਰਾ ਕਿਸੇ ਨਾਲ ਪਰਸਨਲ ਵੈਰ ਵਿਰੋਧ ਨਹੀਂ, ਇੱਕ ਇੰਸੀਡੈਂਟ ਹੋਇਆ ਸੀ, ਮੇਰਾ ਸਵਾਲ ਸੀ,
ਤੁਸੀਂ ਰਿਐਕਸ਼ਨ ਉਸ ਦਿਨ ਤੁਸੀਂ ਵੇਖ ਲਿਆ ਸੀ ਵਜ਼ੀਰ ਸਾਹਿਬਾਨਾਂ ਦਾ ਉੱਥੇ ਕੀ ਸੀ ਕਿ ਇਹ ਸਵਾਲ ਨਾ ਪੁੱਛ ਸਕੇ, ਗੱਲ ਨਾ ਰੱਖ ਸਕੇ, ਰੌਲਾ ਪਾ ਕੇ ਇਹ ਮੁੱਦੇ ਨੂੰ ਟਾਲ ਦਿਓ। ਮੁੱਦਾ ਤੁਸੀਂ ਟਾਲ ਲਓਗੇ ਵਿਧਾਨ ਸਭਾ 'ਚ, ਮਗਰ ਕਿ ਜਦ ਇੰਸੀਡੈਂਟ ਵਾਪਰਨਗੇ ਤਾਂ ਉਹਦਾ ਲੋਕਾਂ ਦਾ ਨੁਕਸਾਨ ਹੋਊਗਾ ਕਿ ਉਹਨਾਂ ਦੇ ਜੀ ਮੁੜੇ ਹੋਣੇ। ਆਈ ਥਿੰਕ ਗਵਰਨਮੈਂਟ ਨੀਡਸ ਟੂ ਆਰਡਰ ਅ ਸੀਬੀਆਈ ਇਨਕੁਆਇਰੀ ਇਨ ਆਲ ਦੀ ਇੰਸੀਡੈਂਟਸ ਔਰ ਬਾਏ ਅ ਹਾਈ ਕੋਰਟ ਮੋਨੀਟਰਡ ਜੱਜ, ਸੋ ਦੈਟ ਹੂਐਵਰ ਇਜ਼ ਗਿਲਟੀ, ਹੂਐਵਰ ਇਜ਼ ਇਨਵੋਲਵਡ ਸ਼ੁੱਡ ਬੀ ਪਨਿਸ਼ਡ ਐਂਡ ਲਾਅ ਸ਼ੁੱਡ ਬੀ ਮੇਡ ਐਂਡ ਇੰਪਲੀਮੈਂਟਡ ਇਨ ਸੱਚ ਅ ਵੇ ਕਿ ਗਾਂ ਕੋਈ ਗਲਤੀ ਕਰਨ ਦੀ ਕੋਸ਼ਿਸ਼ ਵੀ ਨਾ ਕਰੇ। ਖੁੱਲ੍ਹਾ ਨਹੀਂ ਘੁੰਮ ਰਿਹਾ ਜੀ, ਉਹ ਤੋਂ ਭੰਗੜੇ ਪਾ ਰਿਹਾ ਕਿ ਮੇਰੇ ਕੋਲ ਮੇਰੇ ਸਿਆਸੀ ਕਾਂਗਰਸੀ ਆਕਾ ਨੇ ਬਚਾ ਲਿਆ। ਔਰ ਕੋਈ ਹੈਰਾਨੀ ਕੀ ਬਾਤ ਨਹੀਂ ਹੋਏਗੀ, ਅਗਰ ਦੋ ਚਾਰ ਦਿਨ ਬਾਅਦ ਅਗਰ ਆਪ ਸੀਐਮ ਸਾਹਿਬ ਕੋ ਜ਼ਿਆਦਾ ਪੁੱਛੋਗੇ ਤੋ ਬੋਲ ਦੇਂਗੇ ਇਸਮੇ ਤੋ ਪਾਕਿਸਤਾਨ ਕਾ ਹਾਥ। ਮੈਂ ਹੈਰਾਨ ਨਹੀਂ ਹੋਊਂਗਾ ਕਿਉਂਕਿ ਕੁਛ ਬੋਲ ਸਕਦੇ, ਔਰ ਮੇਰੇ ਕੋ ਦੁੱਖ ਹੈ ਇਸ ਬਾਤ ਕਾ। ਦੇਖੋ ਆਪ ਐਕਚੁਲੀ ਆਈ ਵੁੱਡ ਰਿਕੁਐਸਟ ਈਚ ਐਂਡ ਐਵਰੀ, ਮੈਂ ਆਪਕੋ ਇਨਵਾਈਟ ਕਰੂੰਗਾ, ਆਪ ਉਨਕੇ ਅਕੇਲੇ ਅਕੇਲੇ ਆਦਮੀ ਕੇ ਘਰ ਜਾ ਕੇ ਦੇਖਣਾ ਜੀ, ਜਿਨ੍ਹੋਂ ਨੇ ਆਪਣੇ ਫੈਮਿਲੀ ਕੋ ਲੂਜ਼ ਕਰਾ, ਜਿਨਕੇ ਫੈਮਿਲੀ ਮੇਂ ਯੇ ਲੋਸ ਟ੍ਰੈਜਡੀ ਆਈ ਹੈ, ਆਪ ਹਾਲ ਦੇਖੋ ਉਨਕਾ ਜਾ ਕੇ, ਵਾਟ ਦੇ ਵਰ ਪ੍ਰੋਮਿਸਡ ਬ੍ਰੈਡ ਅਰਨਰਸ ਹੈਵ ਗੋਨ, ਕਿਸੀ ਕਾ ਦੋ ਦੋ ਤਿੰਨ ਤਿੰਨ ਬੱਚੋਂ ਕੀ ਡੈਥ ਹੋ ਗਈ, ਔਰ ਉਨਕੋ ਬੋਲਾ ਗਿਆ ਥਾ ਕਿ ਅਬ ਆਪਕੋ ਪੈਨਸ਼ਨ ਹਮ ਦੇਂਗੇ, ਆਪਨੇ ਤੋ ਸੁਣਾ ਹੀ ਹੈ ਸਭ ਕੁਛ, ਆਪਨੇ ਵੋ ਕਿਹਾ ਹੁਆ, ਅੱਜ ਤੱਕ ਕੁਛ ਨਹੀਂ ਹੋ ਰਿਹਾ। ਐਂਡ ਉਧਰ ਦੇ ਆਰ ਪਲੈਨਿੰਗ ਕਿ ਅਖੀਰ ਮੈਂ ਅਬ ਉਹ ਹਾਲਾਤ ਫਿਰ ਸਰਕਾਰ ਨੇ ਪੈਦਾ ਕਰ ਦਿੱਤੇ, ਦੈਟ ਦੇ ਵਾਂਟ ਟੂ ਸਿਟ ਔਨ ਦ ਰੇਲਵੇ ਟਰੈਕ ਅਗੇਨ, ਉਹ ਇੱਕ ਦਿਨ ਖਬਰ ਵੀ ਲੱਗੀ ਸੀ। ਮਗਰ ਵਾਟ ਆਰ ਵੀ ਡੂਇੰਗ ਟੂ ਪ੍ਰੀਵੈਂਟ ਦੀਜ਼ ਇੰਸੀਡੈਂਟਸ ਇਨ ਫਿਊਚਰ, ਗਵਰਨਮੈਂਟ ਇਜ਼ ਸਲੀਪਿੰਗ। ਮੈਨੇ ਤੋ ਵਿਧਾਨ ਸਭਾ ਮੇਂ ਸਬਮਿਟ ਕਰੇ ਹੈ ਜੀ, ਉਸਕਾ ਵੀ ਕੋਈ ਹਮਕੋ ਤੋ ਜਵਾਬ ਆ ਨਹੀਂ ਰਿਹਾ। ਜੋ ਉਹਨਕੋ ਵਾਦੇ ਹੋਏ ਥੇ, ਸਭ ਕੋ ਵਾਦਾ ਹੁਆ ਥਾ ਕਿ ਆਪਕੋ ਨੌਕਰੀ ਮਿਲੇਗੀ, ਨੈਕਸਟ ਆਫ ਕਿਨ ਕੋ ਨੌਕਰੀਆਂ ਨਹੀਂ ਆਜ ਤੱਕ ਮਿਲੀ ਹੈ, ਆਹ ਸਾਲ ਪੂਰਾ ਹੋਣਿਆ, ਜਿਸਮੇ ਨੌਕਰੀ ਲੈਣੇ ਲਾਇਕ ਕੋਈ ਰਹੀ ਨਹੀਂ ਗਿਆ ਥਾ, ਕਿਉਂਕਿ ਬਜ਼ੁਰਗ ਰਹਿ ਗਏ ਥੇ ਸਿਰਫ, ਉਨਕੋ ਬੋਲਾ ਗਿਆ ਥਾ ਕਿ 8,000 ਰੁਪਏ ਪੈਨਸ਼ਨ ਆਪਕੋ ਹਰ ਮਹੀਨੇ ਹਮ ਦੇਂਗੇ, ਵੋ ਵੀ ਬੰਦ ਹੋ ਗਈ ਹੈ। ਕਈ ਕੇਸਿਸ ਮੇਂ 2 ਲੱਖ ਜੋ ਮੁਆਵਜ਼ਾ ਥਾ, ਜੋ ਬਹੁਤ ਕਮ ਥਾ, ਉਸ ਵਕਤ ਵੀ ਰੌਲਾ ਬੜਾ, ਮੈਂ ਕਈ ਕੇਸ ਵੋ ਹੈ ਜਿਨਕੋ ਮੁਆਵਜ਼ਾ ਵੀ ਨਹੀਂ ਮਿਲਾ। ਕਈ ਕੇਸ ਐਸੇ ਵੀ ਹੈ ਜਿਨਕੋ ਇਲਾਜ ਕੇ ਲਈ ਬੋਲਾ ਗਿਆ ਥਾ ਕਿ ਜਬ ਤੱਕ ਆਪ ਬਿਲਕੁਲ ਫਿਟ ਨਹੀਂ ਹੋ ਜਾਤੇ ਆਪਕੋ ਇਲਾਜ ਕਰਾਇਆ ਜਾਏਗਾ, ਵੋ ਇਲਾਜ ਵੀ ਨਹੀਂ ਹੋ ਰਹਾ। ਔਰ ਬੱਚੋਂ ਕੀ ਪੜ੍ਹਾਈ ਕੇ ਵਹਿਦਾ ਥਾ, ਵੋ ਬੱਚੋਂ ਕੀ ਪੜ੍ਹਾਈ ਕੌਣ ਕਰਾ ਰਿਹਾ, ਹਮਕੋ ਤੋ ਪਤਾ ਨਹੀਂ, ਵੋ ਕਿਉਂ ਅਨਸੈਟਿਸਫਾਈਡ ਕਿਉਂ ਹੈ, ਕਿਉਂਕਿ ਇੱਕ ਵੀ ਵਾਅਦਾ ਪੂਰਾ ਨਹੀਂ ਹੋਇਆ। ਔਰ ਬਟਾਲਾ ਇੰਸੀਡੈਂਟ ਮੇਂ ਵੀ ਆਪ ਦੇਖ ਲਓ, ਜੋ ਇੱਕ ਫੈਮਿਲੀ ਮੈਂਬਰ ਥਾ ਜਿਸਕੇ ਖਿਲਾਫ ਸ਼ਿਕਾਇਤ ਥੀ, ਵੋ ਪਹਿਲੇ ਭਾਗਤਾ ਹੈ ਹਸਪਤਾਲ ਸੇ, ਉਸਕੋ ਕੌਣ ਭਗਾ ਸਕਤਾ ਹੈ, ਪੁਲਿਸ, ਔਰ ਫਿਰ ਵੋ ਆਪਣੇ ਆਪ ਪੇਸ਼ ਹੋ ਜਾਤਾ ਹੈ। ਤੋ ਇਤਨੀ ਜੋ ਕੋਲਿਊਜ਼ਨ ਚੱਲ ਰਿਹਾ ਪੁਲਿਸ ਔਰ ਕਾਂਗਰਸ ਕਾ, ਉਹ ਸਾਹਮਣੇ ਦੇਖਣੇ ਕੋ ਹੈ, ਔਰ ਆਜ ਤੱਕ ਕਿਆ ਐਕਸ਼ਨ ਹੋਇਆ, ਔਰ ADC ਕੀ ਕਿਆ ਮਿਸਾਲ ਹੈ ਜੀ, ਉਸਕੋ 15 ਦਿਨ ਦੀਏ ਗਏ ਹੈ, ਉਹ ਕਹੇਗਾ ਮੈਂ ਨਹੀਂ ਕਰ ਸਕਦਾ, ਫਿਰ ਤੋ ਬਾਤ ਬੜੀ। ਆਈ ਥਿੰਕ ਯਹਾਂ ਪੇ DC ਔਰ ADC ਮੁੱਖ ਮੰਤਰੀ ਬਣ ਜਾਏ, ਮੁੱਖ ਮੰਤਰੀ ਸਾਹਿਬ ਤੋਂ ਐਸੇ ਟੈਕਸ ਪੇਅਰਸ ਕੇ ਪੈਸੇ ਪੇ ਸਰਕਾਰ ਬੋਝ ਹੀ ਬਣ ਰਹੀ ਹੈ। ਦੇਖੋ ਮੈਂ ਤਾਂ ਬੜਾ ਸਪਸ਼ਟ ਹਾਂ ਜੀ ਕਿ ਪੰਜਾਬ 'ਚ ਪੰਜਾਬੀ ਸਾਡੀ ਮੇਨ ਬੋਲੀ ਕਹਿ ਲਓ, ਮਾਂ ਬੋਲੀ ਕਹਿ ਲਓ, ਪੰਜਾਬੀ ਵਾਸਤੇ ਤਾਂ ਪੰਜਾਬੀ, ਔਰ ਇਸ ਗੱਲ ਨੂੰ ਸ਼੍ਰੋਮਣੀ ਅਕਾਲੀ ਦਲ ਦਾ ਸਟੈਂਡ ਵੀ ਬੜਾ ਸਪਸ਼ਟ ਹੈ, ਔਰ ਇਹਦੇ 'ਚ ਕੋਈ ਕਿੰਤੂ ਪਰਿੰਤੂ ਹੈ ਵੀ ਨਹੀਂ, ਔਰ ਮੈਂ ਸਮਝਦਾ ਕਿ ਹੁਣ ਅਮਿਤ ਸ਼ਾਹ ਜੀ ਨੇ ਵੀ ਆਪਦਾ ਇਹ ਸਟੇਟਮੈਂਟ ਨੂੰ ਸਪਸ਼ਟ ਅਤੇ ਦਰੁਸਤ ਕਰਤਾ। ਸੋ ਇਹਦੇ 'ਚ ਅਨਵਾਂਟਿਡ ਕੌਂਟਰੋਵਰਸੀ ਦੀ ਲੋੜ ਕੋਈ ਨਹੀਂ, ਔਰ ਸਾਡੇ ਲਈ ਪੰਜਾਬੀ ਪੰਜਾਬੀ ਪ੍ਰਾਇਓਰਿਟੀ ਹੈ ਜੀ, ਪੰਜਾਬੀ ਸਾਡੀ ਮਾਂ ਬੋਲੀ। ਹਾਂ, ਉਹ ਤੋਂ ਬਾਅਦ ਕਿਸੇ ਨੇ ਹਿੰਦੀ ਕਿਉਂ ਇੰਗਲਿਸ਼ ਨੂੰ ਜਿਵੇਂ ਅਗਲੇ ਦਾ ਮਨ ਹੈ ਉਹ ਹੀਜ਼ ਫਰੀ, ਬਟ ਆ ਪੰਜਾਬੀ ਦੇ ਨਾਲ ਕੋਈ ਕੰਪਰੋਮਾਈਜ਼ ਨਹੀਂ, ਇਹ ਬੜਾ ਸਪਸ਼ਟ ਹੈ। ਔਰ ਆਈ ਐਪਰੀਸ਼ੀਏਟ ਕਿ ਯੂਨਿਟੀ ਐਂਡ ਡਾਇਵਰਸਿਟੀ ਜਿਹੜਾ ਸਾਡਾ ਕੌਂਸਟੀਟਿਊਸ਼ਨ ਕਹਿੰਦਾ, ਕੌਂਸਟੀਟਿਊਸ਼ਨ 'ਚ ਵੱਖ ਵੱਖ ਭਾਸ਼ਾਵਾਂ ਨੂੰ ਔਰ ਵੱਖ ਵੱਖ ਧਰਮਾਂ ਨੂੰ ਸਤਿਕਾਰ ਦੇਣਾ ਜਿਹੜਾ ਸੰਵਿਧਾਨ ਹੈ, ਮੈਂ ਉਸ ਸੰਵਿਧਾਨ ਦੀ ਗੱਲ ਕਰਦਾ ਜਿਸ ਸੰਵਿਧਾਨ ਨੂੰ ਮੋਦੀ ਸਾਹਿਬ ਨੇ
ਸਹੁੰ ਚੁੱਕਣ ਤੋਂ ਪਹਿਲਾਂ ਮੱਥਾ ਟੇਕਿਆ ਸੀ। ਉਹ ਸੰਵਿਧਾਨ 'ਚ ਗੱਲਾਂ ਬੜੀ ਸਪਸ਼ਟ ਹੈ, ਇਸ ਲਈ ਮਜੀਠੀਆ ਕੀ ਕਹਿੰਦਾ ਜਾਂ ਕੋਈ ਕੋਈ ਕਹਿੰਦਾ ਉਹਦੇ 'ਚ ਬਾਲਾ ਨਾ ਤੁਸੀਂ ਐਵੇਂ ਹੋਰ ਕਿਤੇ ਸਵਾਦ ਦੀ ਕੋਈ ਹੋਰ ਖਬਰ ਬਣਾ ਦਿਓ। ਇਸ ਲਈ ਦੇਖੋ ਮੈਂ ਇੱਕ ਬੇਨਤੀ ਕਰਾਂ, ਮੈਂ ਮਾਨ ਸਾਹਿਬ ਦੀ ਵੀ ਗੁਰਦਾਸ ਮਾਨ ਜੀ ਦੀ ਵੀ ਬੜੀ ਇੱਜ਼ਤ ਕਰਦਾ, ਕਿਉਂ ਕਰਦਾ, ਅੱਜ ਤੱਕ ਉਹਨਾਂ ਨੇ ਪੰਜਾਬੀ ਨੂੰ ਹੀ ਪ੍ਰਮੋਟ ਕੀਤਾ। ਦੇਖੋ ਉਸ ਅੱਜ ਹੀ ਆਈ ਥਿੰਕ 65 ਏਜ ਹੈ ਉਹਨਾਂ ਦੀ, ਰਿਸਪੈਕਟ ਅੱਜ ਤੱਕ ਐਜ਼ ਕਲਚਰਲ ਔਰ ਜੋ ਪੰਜਾਬੀ ਗਾਇਕੀ ਨੂੰ ਜੋ ਸਤਿਕਾਰ ਉਹਨਾਂ ਨੇ ਪੰਜਾਬੀ ਨੂੰ ਦਿੱਤਾ ਉਹਦੇ 'ਚ ਮੈਨੂੰ ਕੋਈ ਸ਼ਾਇਦ, ਅਸੀਂ ਤਾਂ ਜੰਮੇ ਭਲੇ ਹਾਂ ਤੁਹਾਡੇ 'ਚੋਂ ਸਾਰੇ ਹੀ ਹੈ ਜਿਹਨੇ ਗੁਰਦਾਸ ਮਾਨ ਨੂੰ ਸੁਣਦੇ ਜੰਮੇ ਭਲੇ। ਗੁਰਦਾਸ ਮਾਨ ਜੀ ਨੇ ਕੀ ਕਹਿਤਾ ਕਿਵੇਂ ਕਹਿਤਾ ਇਹਦੀ ਤਾਂ ਉਹ ਸਪਸ਼ਟੀਕਰਨ ਦੇ ਸਕਦੇ, ਮਗਰ ਉਹਨਾਂ ਦੀ ਅੱਜ ਤੱਕ ਜੋ ਉਹਨਾਂ ਦਾ ਯੋਗਦਾਨ ਪੰਜਾਬੀ ਪ੍ਰਤੀ ਰਿਹਾ ਇਹ ਤਾਂ ਮੈਂ ਸਮਝਦਾ ਕੋਈ ਵੀ ਪੰਜਾਬੀ ਉਹਨੂੰ ਨਾ ਨਕਾਰ ਸਕਦਾ ਨਾ ਭੁਲਾ ਸਕਦਾ। ਸੋ ਇਹਦੇ ਵਾਸਤੇ ਵੀ ਆਈ ਥਿੰਕ ਅਨਵਾਂਟਿਡ ਜਿਹੜਾ ਕੰਮ ਚੱਲ ਰਿਹਾ, ਚਲੋ ਬਾਕੀ ਗੁਰਦਾਸ ਮਾਨ ਜੀ ਦੀ ਭਾਵਨਾ ਉਹ ਸਪਸ਼ਟ ਕਰ ਦੇਣ, ਮਗਰ ਪੰਜਾਬੀ ਵਾਸਤੇ ਉਹਨਾਂ ਦਾ ਯੋਗਦਾਨ ਤਾਂ ਨਹੀਂ ਭੁਲਾਇਆ ਜਾ ਸਕਦਾ। ਔਰ ਸਾਡੀ ਸਥਿਤੀ ਸਪਸ਼ਟ ਹੈ, ਬਾਕੀ ਆਪ ਸਵਾਰੀ ਆਪਦੇ ਸਮਾਨ ਲਈ ਆਪ ਜ਼ਿੰਮੇਵਾਰ ਹੈ ਜੀ, ਜਿਹਦੀ ਭਾਵਨਾ ਜਿਹੀ ਜੀ ਉਹਦਾ ਤਾਂ ਮੈਂ ਕੀ ਕਹਿ ਸਕਦਾ। ਹਾਂਜੀ ਲੋਕ ਕੀ ਕਹਿੰਦੇ, ਹੁਣ ਮੈਂ ਲੋਕਾਂ ਦਾ ਤਾਂ ਸਪੋਕਸ ਪਰਸਨ ਹੈ ਨਹੀਂ ਜੀ, ਮੈਂ ਲੋਕੀ ਚਲੋ ਇਹ ਤਾਂ ਉਹ ਦੱਸ ਸਕਦੇ ਜੀ ਮਾਨ ਸਾਹਿਬ। ਮੈਂ ਹੁਣ ਦੇਖੋ ਮੈਂ ਕੋਈ ਨਾ ਤਾਂ ਉਹਨਾਂ ਦਾ ਸਪੋਕਸ ਪਰਸਨ ਹੈ ਨਾ ਮੈਂ ਕੁਛ ਹਾਂ, ਮੈਂ ਤਾਂ ਜੋ ਅਸਲੀ ਹਾਲਾਤ ਹੈ। ਆਈ ਥਿੰਕ ਅਸੀਂ ਵੀ ਜਦ ਕਾਲਜ 'ਚ ਸੀ ਸਕੂਲ 'ਚ ਸੀ ਅਸੀਂ ਤਾਂ ਗੁਰਦਾਸ ਮਾਨ ਜੀ ਨੂੰ ਪੰਜਾਬੀ ਗੀਤ ਹੀ ਗਾਉਂਦੇ ਮੈਂ ਤਾਂ ਸੁਣਿਆ, ਔਰ ਪੰਜਾਬੀ ਦੀ ਮਾਂ ਬੋਲੀ ਪੰਜਾਬੀ, ਮਾਂ ਬੋਲੀ ਪੰਜਾਬੀ, ਮੈਂ ਤਾਂ ਉਹਨਾਂ ਦੇ ਮੂੰਹੋਂ ਕਈ ਵਾਰੀ ਇਹ ਗੱਲ ਸੁਣੀ। ਇਸ ਲਈ ਜਿਹੜੀ ਚੀਜ਼ ਮੈਂ ਹਮੇਸ਼ਾ ਸੁਣਦਾ ਆਇਆ ਮੇਰੇ ਦਿਮਾਗ 'ਚ ਤਾਂ ਉਹ ਹੈ, ਨਵੀਂ ਗੱਲ ਜੇ ਮਾਨ ਸਾਹਿਬ ਨੇ ਕੋਈ ਕੀਤੀ ਆ ਉਹ ਸਾਡੇ ਸਮਝਣ 'ਚ ਫਰਕ ਰਹਿ ਗਿਆ ਜਾਂ ਉਹਨਾਂ ਦੇ ਦੱਸਣ 'ਚ ਫਰਕ ਰਹਿ ਗਿਆ ਇਹਦੇ ਬਾਰੇ ਤਾਂ ਉਹ ਦੱਸ ਸਕਦੇ, ਮਗਰ ਸ਼੍ਰੋਮਣੀ ਅਕਾਲੀ ਦਲ ਦਾ ਸਟੈਂਡ ਬੜਾ ਸਪਸ਼ਟ ਹੈ ਜੀ, ਪੰਜਾਬੀ ਪੰਜਾਬ ਦੇ ਲਈ ਮਾਂ ਬੋਲੀ ਪੰਜਾਬੀ, ਔਰ ਇਹਦੇ 'ਚ ਜ਼ੀਰੋ ਕੰਪਰੋਮਾਈਜ਼। ਔਰ ਮੈਨੂੰ ਬੜੀ ਇਸ ਗੱਲ ਦੀ ਤਸੱਲੀ ਹੈ ਕਿ ਇਸ ਗੱਲ ਦਾ ਰਿਸਪੈਕਟ ਨੂੰ ਉਹਨਾਂ ਨੇ ਸ਼ਾਹ ਜੀ ਨੇ ਚੰਗੀ ਤਰ੍ਹਾਂ ਸਮਝਦੇ ਆਪਦੀ ਗੱਲ ਦਾ ਦਰੁਸਤੀ ਵੀ ਕਰਤੀ। ਆ ਗਿਆ ਹਾਂਜੀ, ਸ਼ਨਾਖਤ 'ਚ ਤਾਂ ਪਹਿਲਾਂ ਉਹੀ ਆਜੂ, ਸ਼ਨਾਖਤ 'ਚ ਤਾਂ ਸਰਕਾਰ ਹੀ ਹੈ ਮੇਰਾ ਵੀਰ, ਡੀਸੀ ਸਾਹਿਬ ਨੇ ਕੋਲੋਂ ਥੋੜ੍ਹੀ ਦੇਣੇ ਉਹਨੂੰ ਕਹਾ ਜੇ ਚੱਲ ਜੇ ਹਿੰਮਤ ਹੈ ਜੇ ਤੇਰੇ ਲਫ਼ਜ਼ਾਂ 'ਚ ਤੇਰੀ ਸਟੇਟਮੈਂਟ 'ਚ ਸੱਚੀ ਪਹਿਰਾ ਦੇਣਾ ਫਿਰ ਸ਼ਾਮ ਤੱਕ ਡੀਸੀ ਸਸਪੈਂਡ ਹੋਵੇ ਜੇ ਉਹਦੀ ਗਲਤੀ, ਨਹੀਂ ਤਾਂ ਫਿਰ ਵੈਸੇ ਤਾਂ ਉਹ ਸੀਐਮ ਸਾਹਿਬ 'ਤੇ ਵੀ ਔਖਾ, ਉਹਦਾ ਧੜਾ ਤੋੜ ਲਿਆ ਅੰਦਰੂਨੀ ਗੱਲ ਦਾ ਤੁਸੀਂ ਸਮਝਦੇ ਆ ਨਾ, ਅਤੇ ਨਹੀਂ ਤਾਂ ਸ਼ਾਮ ਤੱਕ ਹੋ ਜੇ ਦੁਆਲੇ ਜਿਹਨੇ ਉਹਦਾ ਧੜਾ ਤੋੜਿਆ, ਸਹੁੰਆਂ ਖਾਧੀਆਂ ਸੀਗੀਆਂ ਅਤੇ ਮੁੱਕਰ ਗਏ ਜਿਹੜੇ ਸਾਰੇ, ਉਹ ਜਾਣ ਦਿਓ ਛੱਡੋ ਸਵਾਦ ਸੂਦ ਲੈਣ। ਇਸ ਤਰ੍ਹਾਂ ਜੀ ਕਿ ਅਸਲ 'ਚ ਨਾ ਰੰਧਾਵਾ ਸਾਹਿਬ ਦੀ ਲਿਟਲ ਨੌਲੇਜ ਇਜ਼ ਡੇਂਜਰਸ ਥਿੰਗ, GST ਕਾਊਂਸਲ 'ਚ ਉਹਨਾਂ ਦੇ ਖਜ਼ਾਨਾ ਮੰਤਰੀ ਪੁੱਛੋ ਜਾ ਕੇ ਇੱਧਰ ਹੱਥ ਖੜੇ ਕਰਦੇ ਸੀ ਕਿ ਨਹੀਂ ਕਰਦੇ ਸੀ, ਕੋਈ ਫੈਸਲਾ GST ਕਾਊਂਸਲ 'ਚ ਇਕੱਲੇ ਨਹੀਂ ਹੋਇਆ, ਸਭ ਨੇ ਸਾਂਝਾ ਕੀਤਾ। ਔਰ ਪਹਿਲਾਂ ਕੈਪਟਨ ਅਮਰਿੰਦਰ ਸਿੰਘ ਜੀ ਦੇ ਬਿਆਨ ਨੇ, ਔਰ ਇਹ ਜਿਹੜਾ ਸੈਂਟਰਲ ਸ਼ੇਅਰ ਆਫ ਵੈਟ ਕਲੈਕਸ਼ਨ ਇਹਨਾਂ ਗੁਰਦੁਆਰਾ 'ਚ ਜਾਂ ਚੈਰੀਟੇਬਲ ਇੰਸਟੀਟਿਊਸ਼ਨ 'ਚ ਇਹ ਕੰਮ, ਇਹ ਦੇਣ ਕਿਹਦੀ ਹੈ, ਗਾਂਧੀ ਪਰਿਵਾਰ ਦੀ ਹੈ। ਜੇ ਇਸ ਕੰਮ ਨੂੰ ਮੋੜਨ ਦਾ ਕੰਮ ਕਿਸੇ ਨੇ ਕੀਤਾ, ਸੈਂਟਰ ਨੇ ਆਪਦਾ ਸ਼ੇਅਰ ਪਹਿਲੀ ਵਾਰੀ ਸਿੰਸ ਇੰਡੀਪੈਂਡੈਂਸ ਛੱਡਣਾ ਸ਼ੁਰੂ ਕੀਤਾ, ਤਾਂ ਉਹ NDA ਦੀ ਦੇਣ ਹੈ, ਮੋਦੀ ਸਾਹਿਬ ਦੀ ਸਰਕਾਰ ਦੀ ਦੇਣ, ਇਸ ਗੱਲ ਨੂੰ ਨਾ ਭੁੱਲਣ। ਔਰ ਜਿਹੜਾ ਆਪਦਾ ਦੇਣ ਵਾਲਾ ਜਿਹਦੇ ਲਈ ਉਹ ਟੇਬਲ ਥਪਥਪਾਏ ਸੀ ਵਿਧਾਨ ਸਭਾ 'ਚ, ਉਹ ਟੇਬਲ ਥਪਥਪਾਉਂਦੇ ਹੀ ਨਾ ਰਹਿ ਜਾਣ, ਕਈ ਕੱਚ ਕਰ ਵੀ ਦੇਣ ਕੁਛ, ਐਵੇਂ ਫਾਇਦਾ ਕੋਈ ਨਹੀਂ ਇੰਨਾ ਫਜ਼ੂਲ ਦੀਆਂ। ਹਾਂ ਨਹੀਂ ਮੇਰਾ ਕਾਹਦਾ ਪੇਚਾ ਜੀ, ਅਸੀਂ ਤਾਂ ਮਾੜ ਨਿੱਕੇ ਜੇ ਨਿਆਣੇ ਜੇ ਹਾਂ ਜੀ, ਮਾੜੇ ਜੇ ਬੰਦੇ ਹਾਂ, ਸਾਡਾ ਕਾਹਦਾ ਪੇਚਾ ਜੀ ਵੱਡੀਆਂ ਸਰਕਾਰਾਂ ਨਾਲ, ਅਸੀਂ ਤਾਂ ਹੱਥ ਜੋੜ ਕੇ ਰਹੀਦਾ ਹਾਂ, ਮਗਰ ਦਬੀਦਾ ਨਹੀਂ। ਜੇ ਕੋਈ ਕਵੇ ਕਿ ਧੱਕੇ ਨਾਲ ਦਬਾ ਲਓ, ਉਹ ਕੰਮ ਨਹੀਂ ਚੱਲਣਾ, ਸਰਕਾਰ ਨੂੰ ਉਹਦੀਆਂ ਜ਼ਿੰਮੇਵਾਰੀ ਜ਼ਰੂਰ ਯਾਦ ਕਰਾਉਂਦੇ ਰਹਾਂਗੇ, ਮਗਰ ਸਾਡਾ ਕੋਈ ਨਹੀਂ ਜੀ, ਸਤਿਕਾਰਯੋਗ ਹੈ, ਲੋਕਾਂ ਦੀ ਚੁਣੀ ਹੋਈ ਸਰਕਾਰ ਹੈ, ਅਸੀਂ ਉਹਦਾ ਸਤਿਕਾਰ ਕਰਦੇ ਹਾਂ। ਹਾਂਜੀ ਚੁਪਵਾ ਦਿਓ ਤੁਸੀਂ, ਜਿਹਦੇ ਨਾਲ ਚੰਗਾ ਸਮਝਦੇ ਹੋ ਜੀ, ਲਿਖ ਦਿਓ ਉਹ ਜਿਹਾ, ਆਪੇ ਸਵੇਰ ਤੱਕ ਪੈ ਜਾਣੇ ਆ।
ਮਗਰ ਹੁਣ ਉਹ ਪੇਚੇ ਵਾਲੇ ਰਹੇ ਨਹੀਂ ਜੀ। ਠੀਕ ਹੈ ਜੀ, ਥੈਂਕ ਯੂ।